ਮੈਂ ਮਹਿਤਪੁਰ ਦਾ ਸਾਬਕਾ ਸਰਪੰਚ ਮਾਸਟਰ ਦਵਿੰਦਰ ਸਿੰਘ ਬੋਲ ਰਿਹਾ ਹਾਂ। ਜੋ ਅੱਜ ਸਾਡੇ ਪਿੰਡ ਕੈਂਸਰ ਦਾ ਕੈਂਪ ਲੱਗਾ ਹੈ, ਇੱਕ ਬਹੁਤ ਹੀ ਵਧੀਆ ਸਟਾਫ ਆਇਆ ਅਤੇ ਹਰ ਤਰ੍ਹਾਂ ਦੀ ਮਸ਼ੀਨਰੀ ਉਹਨਾਂ ਦੇ ਕੋਲ ਸੀ। ਸਾਰੇ ਪਿੰਡ ਦੇ ਆਲੇ ਦੁਆਲੇ ਪਿੰਡਾਂ ਨੇ ਬਹੁਤ ਵਧੀਆ ਉਹਨਾਂ ਚੈੱਕ ਕੀਤਾ। ਜੂੰ ਸਵੇਰ ਤੋਂ 9:30 ਵਜੇ ਸਾਡੇ ਕੋਲ ਪਹੁੰਚ ਗਏ, ਕਰੀਬ 4:30 ਵਜੇ ਸਾਡੇ ਕੋਲੋਂ ਇੱਥੇ ਵਿਦਿਆ ਹੋਏ। ਇਹੋ ਜਿਹੇ ਕੈਂਪ ਸਾਨੂੰ ਕਰੀਬ ਲੋਕਾਂ ਨੂੰ ਕੋਸ਼ਿਸ਼ ਕਰਕੇ ਹਰ ਪਿੰਡ ਵਿੱਚ ਲੱਗਣੇ ਚਾਹੀਦੇ ਨੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਿੰਨਾ ਕਰਕੇ ਬਚ ਸਕਣ। ਸੋ ਅਸੀਂ ਫਿਰ ਲੋਕਾਂ ਅੱਗੇ ਬੇਨਤੀ ਕਰਦੇ ਹਾਂ, ਕੋਸ਼ਿਸ਼ ਕਰਕੇ ਇਹੋ ਜਿਹੇ ਕੈਂਪ ਹਰ ਪਿੰਡ 'ਚ ਲਵਾਏ ਜਾਣ ਤਾਂ ਜੋ ਇਹ ਇੰਨੀਆਂ ਕੀਮਤੀ ਜਾਨਾਂ ਲੋਕਾਂ ਦੀਆਂ ਬਚ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਠੀਕ ਹੈ ਜੀ।